ਇਸ ਵੀਡੀਓ ਦੇ ਵਿੱਚ ਜਿਸ ਕੁੜੀ ਨੂੰ ਤੁਸੀਂ ਦੇਖ ਰਹੇ ਹੋ, ਜਿਸ ਦੇ ਗੁਲਾਬੀ ਰੰਗ ਦਾ ਕੋਟ ਪਾਇਆ ਹੋਇਆ ਏ, ਇਹ ਫਰਜ਼ੀ ਟੀਟੀ ਬਣ ਕੇ ਟ੍ਰੇਨ ਦੇ ਵਿੱਚ ਰੇਲ ਗੱਡੀ 'ਚ ਸਵਾਰੀਆਂ ਦੀਆਂ ਟਿਕਟਾਂ ਚੈੱਕ ਕਰਦੀ ਫਿਰਦੀ ਸੀ ਅਤੇ ਜੇ ਕਿਤੇ ਇਹਨੂੰ ਮਾੜਾ ਮੋਟਾ ਲੱਗਦਾ ਸੀਗਾ ਤਾਂ ਵੈਸੇ ਦਾਬਾ ਮਾਰ ਕੇ ਲੋਕਾਂ ਦੇ ਕੋਲੋਂ ਜਿਹੜਾ ਹੈਗਾ ਉਹ ਪੈਸੇ ਇਕੱਠੇ ਕਰ ਰਹੀ ਸੀ। ਪਰ ਕਹਿੰਦੇ ਹੈ ਸ਼ੇਰ ਨੂੰ ਸਵਾ ਸ਼ੇਰ ਜਿਹੜਾ ਹੈਗਾ ਉਹ ਮਿਲ ਹੀ ਜਾਂਦਾ ਹੈ। ਸੋ ਟਿਕਟਾਂ ਚੈੱਕ ਕਰਦੀ ਕਰਦੀ ਜਦੋਂ ਇਹ ਇਸ ਡੱਬੇ ਦੇ ਵਿੱਚ ਆਈ ਤਾਂ ਇੱਥੇ ਇਸ ਦੀ ਕੁਛ ਕੁ ਲੋਕਾਂ ਦੇ ਨਾਲ ਬਹਿਸ ਹੋ ਜਾਂਦੀ ਹੈ। ਜਦੋਂ ਇਹ ਕਹਿੰਦੀ ਹੈ ਕਿ ਟਿਕਟ ਦਿਖਾਓ ਤਾਂ ਅਗਲੇ ਪਾਸਿਓਂ ਜਿਹੜਾ ਨੌਜਵਾਨ ਹੁੰਦਾ ਹੈ ਉਹ ਕਹਿੰਦਾ ਕਿ ਪਹਿਲਾਂ ਤੁਸੀਂ ਆਪਣਾ ਆਈ ਕਾਰਡ ਵਿਖਾਓ। ਅਤੇ ਇਹ ਕੁੜੀ ਦਾ ਅੱਗੋਂ ਜਵਾਬ ਆਇਆ ਕਿ ਮੈਂ ਤੁਹਾਨੂੰ ਆਈ ਕਾਰਡ ਆਪਣਾ ਨਹੀਂ ਦਿਖਾ ਸਕਦੀ। ਅਤੇ ਲੋਕਾਂ ਨੇ ਕਿਹਾ ਕਿ ਚਲੋ ਤੁਸੀਂ ਆਈ ਕਾਰਡ ਨਹੀਂ ਦਿਖਾਉਣਾ ਨਾ ਦਿਖਾਓ, ਆਪਣਾ ਜੋਬ ਨੰਬਰ ਦੱਸੋ, ਆਪਣਾ ਕੋਈ ਨੰਬਰ ਦੱਸੋ ਕਾਰਡ ਦਾ ਜਿਸ ਤੋਂ ਪਤਾ ਲੱਗੇ ਕਿ ਤੁਸੀਂ ਟੀਟੀ ਹੋ। ਪਰ ਇਹ ਕੁੜੀ ਦੇ ਵੱਲੋਂ ਕੋਈ ਵੀ ਅੱਗੋਂ ਜਵਾਬ ਜਿਹੜਾ ਹੈਗਾ ਨਹੀਂ ਦਿੱਤਾ ਜਾਂਦਾ ਤਾਂ ਫਿਰ ਇਹ ਕੁੜੀ ਚੁੱਪ ਹੋ ਜਾਂਦੀ ਹੈ ਅਤੇ ਲੋਕਾਂ ਨੂੰ ਸ਼ੱਕ ਹੋ ਜਾਂਦਾ ਹੈ ਕਿ ਇਹ ਵਾਕਈ ਕੁਛ ਨਾ ਕੁਛ ਖਰਾਬੀ ਜਿਹੜੀ ਹੈ ਇੱਥੇ ਚੱਲ ਰਹੀ ਹੈ। ਪਰ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਇਹ ਕੁੜੀ ਫਰਜ਼ੀ ਟੀਟੀ ਬਣ ਕੇ ਲੋਕਾਂ ਦੀਆਂ ਟਿਕਟਾਂ ਜਿਹੜੀਆਂ ਹੈਗੀਆਂ ਉਹ ਚੈੱਕ ਕਰਦੀ ਸੀ ਔਰ ਕਿਤੇ ਨਾ ਕਿਤੇ ਆਪਣਾ ਦਾਬਾ ਮਾਰ ਕੇ ਧਮਕੀ ਦੇ ਕੇ ਪੈਸੇ ਜਿਹੜੇ ਆ ਲੋਕਾਂ ਤੋਂ ਲੈ ਰਹੀ ਸੀ। ਸੋ ਇਹ ਵੀਡੀਓ ਜਿਹੜੀ ਹੈ ਮਾਮਲਾ ਸਾਹਮਣੇ ਆਇਆ ਇਹ ਪਤਾਲ ਲੋਕ ਐਕਸਪ੍ਰੈਸ ਰੇਲ ਗੱਡੀ ਦਾ, ਜਿਸ ਦੇ ਵਿੱਚ ਇਹ ਫਰਜ਼ੀ ਟੀਟੀ ਬਣ ਕੇ ਕੁੜੀ ਜਿਹੜੀ ਹੈ ਉਹ ਲੋਕਾਂ ਦੀਆਂ ਟਿਕਟਾਂ ਚੈੱਕ ਕਰ ਰਹੀ ਸੀਗੀ। ਪੂਰੀ ਵੀਡੀਓ ਦਿਖਾ ਦਿੰਦੇ ਹਾਂ ਜਿਸ ਦੇ ਵਿੱਚ ਲੋਕਾਂ ਦੇ ਨਾਲ ਇਹ ਫਰਜ਼ੀ ਜੋ ਟੀਟੀ ਬਣੀ ਸੀ ਕੁੜੀ ਉਸਦਾ ਬਹਿਸ ਬਸਈਆ ਕਿਸ ਤਰੀਕੇ ਦੇ ਨਾਲ ਹੁੰਦਾ, ਕਿਸ ਤਰੀਕੇ ਦੇ ਸਵਾਲ ਜਿਹੜੇ ਕੀਤੇ ਜਾਂਦੇ ਆ ਅਤੇ ਅੱਗੋਂ ਇਸ ਕੁੜੀ ਨੂੰ ਕੋਈ ਜਵਾਬ ਨਹੀਂ ਆਇਆ। ਕੁਛ ਤਾਂ ਪ੍ਰੂਫ ਹੋਗਾ ਆਪਣੇ ਪਾਸ, ਆਈ ਡੀ ਕਾਰਡ ਹੋਗਾ। ਅਰੇ ਆਪਕਾ ਆਈ ਡੀ ਕਾਰਡ ਦਿਖਾ ਦੇ ਇੱਕ ਵਾਰ। ਆਈ ਡੀ ਕਾਰਡ ਨਹੀਂ, ਜੋਬ ਨੰਬਰ ਕਿਆ ਆਪਕਾ? ਜੋਬ ਨੰਬਰ ਕਿਆ ਆਪਕਾ? ਨਹੀਂ ਪਤਾ ਤੁਮਕੋ? ਦਿੱਕਤ ਤੋ ਹੈ, ਹਮਾਰੇ ਪਾਸ ਤੋ ਟਿਕਟ ਨਹੀਂ ਹੈ। ਨਹੀਂ ਹਮਾਰੇ ਪਾਸ ਤੋ, ਕੋਈ ਦਿੱਕਤ ਨਹੀਂ ਹੈ, ਹਮਾਰੇ ਪਾਸ ਤੋ ਟਿਕਟ ਨਹੀਂ ਹੈ, ਹਮ ਬਿਨਾ ਟਿਕਟ ਆਏ ਹੈ। ਕਿਆ ਹੋ ਗਿਆ? ਮੈਂ ਜਹਾਂ ਸੇ ਟ੍ਰੇਨ ਚਲਤੀ ਵਹਾਂ ਸੇ ਆਇਆ ਹੂੰ, ਪਿੱਛੇ ਸੇ। ਹਾਂ, ਬਿਨਾ ਟਿਕਟ ਆਇਆ ਹੂੰ। ਕੌਣ? ਟੀ ਟੀ ਆਪ ਰਹੇ, ਆਪ ਤੋ ਰਹੇ ਟੀ ਟੀ? ਟੀ ਟੀ ਅਗਰ ਸੈਂਟਰ ਸੈਂਟਰ ਦੀ ਜੋਬ ਹੋਤੀ ਉਸਕੀ ਹਰ ਟ੍ਰੇਨ ਮੈਂ ਚਲਤੀ ਹੈ ਕਹੀਂ ਪੇ ਵੀ। ਚਲੋ ਮੈਂ ਚਲਤਾ ਹੂੰ ਸਾਥ ਮੇਂ, ਚਲੋ ਮੈਂ ਚਲਤਾ ਹੂੰ, ਚਲੋ।